ਸਤਿ ਸ਼੍ਰੀ ਅਕਾਲ ਜੀ ਸੁਮਨ ਵੱਲੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਲੱਗੇ ਪੜੋਲ ਬਣਾਉਣ ਅਸੀਂ ਪੜੋਲ ਬਣਾਉਣ ਲੱਗੇ ਸੀਗੇ ਉਹ ਮਿਲੇ ਸੀਗੇ ਸਾਨੂੰ ਵੀਡੀਓ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖੇ ਸੀਗੇ ਤੇ ਮੈਂ ਨਾ ਕਮੈਂਟ ਪੜ੍ਹੇ ਸਾਰੇ ਕਮੈਂਟ ਆਏ ਮਾਲਵੇ ਦੇ ਵਿੱਚ ਪੜੋਲ ਹੈ ਨਹੀਂ ਆਏ ਦੱਸੋ ਕਾਲੀਆਂ ਤੋਰੀਆਂ ਵਰਗੇ ਕੀ ਆ ਲੰਬੇ ਲੰਬੇ ਤੇ ਸੁਮਨ ਨੇ ਕੱਟ ਲਏ ਸੀਗੇ ਛਿੱਲ ਵੀ ਲਏ ਆ ਇਹਨਾਂ ਨੂੰ ਨਾ ਪਹਿਲਾਂ ਛਿੱਲ ਲਈਦਾ ਵਾ ਤੇ ਹਾਂ ਬਰੀਕ ਛਿੱਲ ਹੁੰਦੀ ਆ ਉਹਨੂੰ ਵੈਸੇ ਰੱਖ ਵੀ ਸਕਦੇ ਆ ਪਰ ਫਿਰ ਤੁਹਾਨੂੰ ਪਤਾ ਆਪਾਂ ਲੋਕਾਂ ਨੂੰ ਸਿਦਕ ਨਹੀਂ ਆਉਂਦਾ ਜਿੰਨਾ ਚਿਰ ਤੱਕ ਆਪਾਂ ਚੀਜ਼ ਛਿੱਲ ਕੇ ਨਹੀਂ ਬਣਾਉਂਦੇ ਹਨਾ ਤੇ ਇਹਦੀ ਬਿਲਕੁਲ ਵੀ ਛਿੱਲ ਸਖਤ ਨਹੀਂ ਹੁੰਦੀ ਭਾਵੇਂ ਲਾਓ ਤੇ ਭਾਵੇਂ ਨਾ ਲਾਓ ਉਹ ਕੋਈ ਮੈਟਰ ਨਹੀਂ ਕਰਦਾ ਤੇ ਇਹਨੂੰ ਛੋਟਾ ਛੋਟੇ ਕੱਟ ਲੈਣਾ ਵਾ ਤੇ ਆਹ ਵੇਖੋ ਵਿੱਚੋਂ ਐਵੇਂ ਆ ਤੇ ਇਹਨੂੰ ਆਪਾਂ ਕਰੇਲਿਆਂ ਵਾਂਗੂ ਭਰ ਕੇ ਵੀ ਬਣਾ ਸਕਦੇ ਆ ਜਿੱਦਾਂ ਇਹਦੇ ਵਿੱਚ ਕੀਤਾ ਹੈ ਨਾ ਵੀ ਪਾ ਸਕਦੇ ਹੋ ਤੇ ਤੁਸੀਂ ਗੰਡਾ ਵੀ ਗੰਡੇ ਵਾਲਾ ਜਿਹਨੂੰ ਗੰਡੇ ਵਾਲਾ ਪਸੰਦ ਆ ਉਹ ਗੰਡੇ ਵਾਲਾ ਪਾ ਲੇ ਉਦਾਂ ਹੀ ਇਹਦੇ ਚ ਸੁੱਕਾ ਹੀ ਪਾਈਦਾ ਵਾ ਜਿਵੇਂ ਲੂਣ ਮਿਰਚ ਮਸਾਲਾ ਤੇ ਹਲਦੀ ਤੇ ਇਹਨੂੰ ਪਾ ਕੇ ਤੇ ਜਿਵੇਂ ਕਰੇਲਿਆਂ ਨੂੰ ਤੜਕਾ ਤੜਕੀ ਦਾ ਵਾ ਨਾ ਉਵੇਂ ਹੀ ਇਹਨੂੰ ਤੜਕ ਲਈਦਾ ਵਾ ਤੇ ਬਾਅਦ ਵਿੱਚ ਇਹ ਬਿਲਕੁਲ ਸੌਫਟ ਹੋ ਜਾਂਦੇ ਆ ਜਿਵੇਂ ਸਬਜ਼ੀ ਇਹ ਹੁਣ ਤੁਹਾਨੂੰ ਆ ਟੋਕਰੀ ਭਰੀ ਦਿਖੰਡੀ ਆ ਨਾ ਇਹ ਬਿਲਕੁਲ ਹੀ ਥੋੜੇ ਜਿਹੇ ਅੱਧੇ ਰਹਿ ਜਾਂਦੇ ਆ ਇੰਨੇ ਸੌਫਟ ਤੇ ਖਾਣ ਵਿੱਚ ਬਹੁਤ ਸਵਾਦ ਲੱਗਦੇ ਆ ਸਾਨੂੰ ਤੇ ਬਹੁਤ ਸਵਾਦ ਲੱਗਦੇ ਕੁਝ ਕੁ ਨੂੰ ਪਸੰਦ ਹੋਣਗੇ ਤੇ ਕੁਝ ਕੁ ਨੂੰ ਨਹੀਂ ਤੇ ਵੈਸੇ ਟਰਾਈ ਹਰ ਕੋਈ ਕਰਦਾ ਵਾ ਇਹਨਾਂ ਨੂੰ ਬੀਜਣ ਦੀ ਪਰ ਕਿਸੇ ਦੇ ਘਰ ਹੁੰਦੇ ਆ ਤੇ ਕਿਸੇ ਦੇ ਨਹੀਂ ਹੁੰਦੇ ਕਿਉਂਕਿ ਇਹ ਨਾ ਥੋੜ੍ਹੀ ਸੋਲ ਜਾਤ ਦੀ ਜਿਹੜੀ ਉਹ ਸਬਜ਼ੀ ਆ ਇਹਨੂੰ ਮਤਲਬ ਥੋੜ੍ਹੀ ਜਿਹੀ ਕੇਅਰ ਕਰਨੀ ਪੈਂਦੀ ਆ ਫਿਰ ਹੁੰਦੀ ਆ ਤੇ ਕਈ ਵਾਰੀ ਇੱਦਾਂ ਹੀ ਮਤਲਬ ਤੁਹਾਨੂੰ ਪਤਾ ਵਾ ਤੇ ਕਈ ਵਾਰੀ ਸਬਜ਼ੀ ਕੁਝ ਕੁ ਜਗ੍ਹਾ ਵਧੀਆ ਹੁੰਦੀਆਂ ਵਾ ਤੇ ਹੋ ਹੀ ਜਾਂਦੀਆਂ ਆ ਇਹ ਤੁਸੀਂ ਵੇਖਿਆ ਵੀ ਸੀਗਾ ਕਿ ਸਾਈਜ਼ ਦੇ ਵਿੱਚ ਕਿੱਡੇ ਕਿੱਡੇ ਲੰਬੇ ਆ ਤੇ ਹੁਣ ਇਹਦੇ ਉਹ ਅਸੀਂ ਤੜਕਾ ਕੱਟਿਆ ਆ ਕਰੇਲਿਆਂ ਵਾਸਤੇ ਤੇ ਇਹਦੇ ਵਿੱਚ ਆਪਾਂ ਭਰਨਾ ਆ ਸਿੰਪਲ ਲੂਣ ਮਿਰਚ ਉਹ ਵੀ ਭਰ ਕੇ ਦਿਖਾ ਦਿੰਦੇ ਹਾਂ ਆਪਾਂ ਹਨਾ ਕਿਉਂਕਿ ਜਦੋਂ ਫਿਰ ਇੱਦਾਂ ਫਿਰ ਦੱਸਿਆ ਵੀ ਨਹੀਂ ਗੱਲ ਬਣਦੀ ਹਾਂ ਫਰਾਈ ਵੀ ਕਰਦੇ ਵਿਖਾ ਦਿੰਦੇ ਹਾਂ ਬਣਾਉਂਦੇ ਤੇ ਰਹੀਦਾ ਆ ਸਬਜ਼ੀ ਪਰ ਨਾ ਟਾਈਮ ਨਹੀਂ ਹੁੰਦਾ ਤੁਹਾਨੂੰ ਪਤਾ ਫਿਰ ਕੁਕਿੰਗ ਦਾ ਵਲੌਗ ਬਣਾਉਣਾ ਜਾਂ ਕੁਕਿੰਗ ਕਰ ਲਓ ਜਾਂ ਵਲੌਗ ਬਣਾ ਲਓ ਫਿਰ ਇੱਕ ਹੀ ਹੁੰਦਾ ਆ ਤੇ ਹੁਣ ਫਿਰ ਸੁਮਨ ਲੱਗੀ ਸੀਗੀ ਤੇ ਮੈਂ ਕਿਹਾ ਚੱਲ ਮੈਂ ਪੀ ਰਹੀ ਸੀ ਟੀ ਤੇ ਮੈਂ ਕਿਹਾ ਚੱਲ ਆਪਣਾ ਟਾਈਮ ਕੱਢ ਕੇ ਤੇ ਵਲੌਗ ਬਣਾ ਲੈਂਦੇ ਹਾਂ ਆਪਾਂ ਕੁਛ ਚਾਨਣਾ ਪਾਉਣਾ ਪੜੋਲ ਤੇ ਮਾਲਵੇ 'ਚ ਨਾ ਭੈਣ ਭਰਾਵਾਂ ਦੇ ਕਮੈਂਟ ਆਉਣ ਡੇ ਕਿ ਮਾਲਵੇ 'ਚ ਇਹ ਵਾਲੀ ਸਬਜ਼ੀ ਨਹੀਂ ਹੈਗੀ ਤੇ ਸਾਨੂੰ ਨਹੀਂ ਪਤਾ ਵੀ ਇਹ ਕੀ ਲੱਗਦਾ ਕਿੱਦਾਂ ਦੇ ਆ ਤੇ ਕਿੱਦਾਂ ਦੇ ਹੈ ਨਹੀਂ ਹੋਣੇ ਸੁਣ ਵੀਰ ਨਹੀਂ ਹੋਣੇ ਜਿੱਦਾਂ ਹੁਣ ਉੱਧਰ ਕੁਝ ਕੁ ਸਾਈਡਾਂ ਸਾਈਡਾਂ ਦੇ ਚਿੱਬੜ ਵੀ ਖਾਂਦੇ ਆ ਹਨਾ ਆਪਣੇ ਹੁਣ ਇੱਧਰ ਚਿੱਬੜ ਨਹੀਂ ਖਾਂਦੇ ਕਿਉਂਕਿ ਕਿਸੇ ਨੇ ਬਣਾਈ ਨਹੀਂ ਤਾਂ ਖਾਧੀ ਨਹੀਂ ਹਨਾ ਚਿੱਬੜਾਂ ਦੀ ਵੈਰ ਬਣਾਈ ਹੈ ਬਾਹਰ ਮਿਲ ਜਾਂਦੇ ਆ ਉਹ ਜਾ ਕਮੈਂਟ ਪੜੋ ਹੁਣੇ ਜੋ ਖੋਲੋ ਕਈਆਂ ਨੂੰ ਨਹੀਂ ਹੋ ਸਕਦਾ ਵੀ ਨਾ ਪਤਾ ਪਰ ਇਹ ਨਹੀਂ ਹੋ ਸਕਦਾ ਵੀ ਹੋਣੀ ਨਾ ਤੇ ਪੰਜਾਬ ਚ ਜੇ ਨਹੀਂ ਹੋਣੇ ਹੁਣ ਜਿੱਦਾਂ ਸਾਡੇ ਨਹੀਂ ਹੈਗੇ ਤੇ ਜੇ ਹੁਣ ਸਾਨੂੰ ਕੋਈ ਨਾ ਦਵੇ ਤੇ ਸਾਡੇ ਲਈ ਨਹੀਂ ਹੈਗੀ ਉਹ ਚੀਜ਼ ਉਹ ਗੱਲ ਵੱਖਰੀ ਬਾਜ਼ਾਰੋਂ ਮਿਲ ਜਾਂਦੇ ਨਾ ਬਾਜ਼ਾਰੋਂ ਵੀ ਹੋਣੀ ਮਿਲੇ ਅਰਕਾਂ ਹੀ ਆਪਣੇ ਨਹੀਂ ਐਡੇ ਨਹੀਂ ਵੇਖਦੇ ਬਾਜ਼ਾਰ 'ਚ ਐਡੇ ਵੇਖਦੇ ਨਹੀਂ ਕਿਉਂਕਿ ਸੋਲ ਜੇ ਹੁੰਦੇ ਅਗਲੇ ਦਿਨ ਹੀ ਇਹ ਸੁੱਕ ਜਾਂਦੇ ਆ ਇਹ ਤੇ ਹਾਂ ਤਾਜ਼ਾ ਤਾਜ਼ਾ ਤੇ ਉਹ ਸਬਜ਼ੀ ਵੇਖਦੀ ਨਹੀਂ ਆ ਆਹ ਇਹ ਤਾਂ ਹੀ ਘੱਟ ਵੇਖਦੇ ਹਾਂ ਤਾਂ ਘੱਟ ਵੇਖਦੇ ਤਾਜ਼ੇ ਵਧੀਆ ਲੱਗਦੇ ਹਾਂ ਚਲੋ ਅੱਗੇ ਦਾ ਕਰੋ ਪ੍ਰੋਸੈਸ ਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਐਵੇਂ ਦਾ ਮਸਾਲਾ ਆਪਾਂ ਲੈ ਲੈਣਾ ਵਾ ਇਹਦੇ ਲਈ ਹਲਦੀ ਵਿੱਚ ਕਰ ਲਿਆ ਆ ਲੂਣ ਮਿਕਸ ਤਿੰਨ ਚਮਚੇ ਲੂਣ ਦੇ ਅੱਧਾ ਕੁ ਚਮਚਾ ਹਲਦੀ ਦਾ ਹਾਂ ਤੇ ਥੋੜਾ ਜਿਹਾ ਤੁਸੀਂ ਮਸਾਲਾ ਵੀ ਗਰਮ ਮਸਾਲਾ ਵੀ ਪਾ ਸਕਦੇ ਹੋ ਗਰਮ ਮਸਾਲਾ ਵੀ ਪਾ ਸਕਦੇ ਹੋ ਤੇ ਲਾਲ ਮਿਰਚ ਪਾ ਲਓ ਜਾਂ ਹਰੀ ਮਿਰਚ ਪਾ ਲਓ ਉਹ ਆਪਣੀ ਮਰਜ਼ੀ ਆ ਫਿਰ ਐਵੇਂ ਕਰਕੇ ਭਰ ਲੈਣਾ ਇਹਨੂੰ ਮਸਾਲੇ ਦੇ ਨਾਲ ਇੱਦਾਂ ਭਰ ਲੱਗੇ ਸਾਰੇ ਰੱਖ ਲੈਣੇ ਮਤਲਬ ਕਰੇਲਿਆਂ ਵਾਲਾ ਹੀ ਪ੍ਰੋਸੀਜਰ ਵਾ ਸਾਰਾ ਚਾਹੇ ਇਹਦੇ ਵਿੱਚ ਫਰਾਈ ਕਰ ਦਨੇ ਤਾਂ 5 ਮਿੰਟਾਂ ਦੇ ਵਿੱਚ ਬਣ ਜਾਣੇ ਹਾਂ ਬਸ ਬਹੁਤ ਜਲਦੀ ਬਣ ਜਾਂਦੇ ਆ
जे मान लो ज्यादा ही ओ विचो पक्के जे हो ना बी एदा हां बी गण हां ये तो बिलकुल सॉफ्ट सॉफ्ट जे ही है सारे जे मान लो ज्यादा पक्के जे हो फिर विचो बी काट दो इन्होंने ते फिर स्किन स्किन जी रह जाती है क्योंकि टेस्ट ते ये वैसे ही बड़ी स्वाद होंगी है तो बाकी लून मिर्च नाल हो जाती है तो फ्राई ढी मर्जी आ तो देसी घ्यो च करने के तेल च करने रिफाइंड च करने ओलिव ऑयल च करने सरों के तेल च सब तो बेस्ट आ बना के फिर दसा निके निके क्लिप ऐड करी जान डे दे थोड़ा जा काम मैं अपना कर आनी है तो फिर सुमन नू कहनी सुमन रुक दी बनना बनाना ही अज व्लॉग साइड्स चेंज करते रहना तो जो इन्हें तैयार होना है एक बार अं फ्राई कर लिया इवें हो जाना इन्होंने इवें कई बार कई वेखन तो बहुत सोहनी सब्जी नहीं लगती पर खाने के बहुत टेस्टी होंगी है तो दूसरी साइड तो साढ़े बन रहे हैं करेले अजे ये दोवें सुखिया सब्जियां बना लिया है क्योंकि इनू आप स्टोर करके रख सकते हैं ना इसलिए नहीं सुख साडे तो हरू बतम हरू हरिया चलो नहीं पंजाबी तो मेरी बड़ी सोहनी है चलो हिंदी वाली मैडम ने कुट कुट के नहीं सची नब्बे वाली लाइन तो ठा नहीं आन दिते नंबर हिंदी दे मेरी हिंदी यार चली चलो चलो सोनू वीर कर ला साडे तो बड़ा कोण दे है कभी हिंदी कभी हरुआ एक हो जाना ना नानी सुख एनी नानी सुख चल सोनू वीर कर स्टार्ट कीता नहीं सुख हड थे अरे अरे बतू है नहीं कहते मेरा उन हसन के जाना हरे बताऊ है नी कहते भी सगो दीदी हसदी दीदी मेरे मुंह लेंदी दीदी का ध्यान यार मेरा मुंह वाल नहीं मेरे को ध्यान दीदी वाल नहीं दबा करो हरे बताऊंगा नू और कोई गल करिए चल दीदी तू स्टार्ट कर ला चल मैं तेन पा दूंगी बताऊ है ना आहो चल दस कितों नहीं भाभी हाडे भी लगे पर काले बताऊ हां मैं हरियां दी पनीर मंगाई दीदी मेरे मुंह वाल किदा वेंदी दीदी मैं ऐसा आता जब मैं एक बन मेरे ध्यान दीदी वाला दीदी करनी किस्मत मां गई किस्मत नहीं भूआ हड्डी ने सारी उम्र रोक ही कट छी तो तुम माड़ा माड़ा
ਕਿਹੜੇ ਮਾੜੇ ਤੇੜੀਆਂ ਹੁਣ ਮਾੜ ਆਇਆ ਕਰਾਂਗੇ ਕਿਹੜਾ ਮਾੜ ਆਇਆ ਕਰੂ ਉਹ ਆਇਆ ਕਰੋ ਮਾੜ ਯਾਰ ਤੇ ਪਤਾ ਕੀ ਆ ਮੈਂ ਗੱਲ ਕਰ ਲਵਾਂ ਤੁਸੀਂ ਮੇਰੇ ਅੰਗਲ ਤੇ ਹੱਸਦੇ ਜੇ ਕਦੀ ਮੇਰੀ ਵੀਰ ਨੋਟ ਕਰ ਲੇ ਤਾਂ ਕਦੀ ਕੋਈ ਨੋਟ ਕਰ ਲੇ ਤਾਂ ਫਿਰ ਮੈਨੂੰ ਹੁੰਦਾ ਵੀ ਮੈਂ ਆਪੇ ਉੱਥੇ ਚੁੱਪ ਹੋ ਨਹੀਂ ਮੇਰੀ ਗੱਲ ਨਹੀਂ ਬਣਨੀ ਆਇਆ ਕਹਿ ਦੋ ਮਾਰ ਜੂ ਕਹਿੰਦਾ ਮਾੜੋ ਮਾੜ चलो रुकना नहीं मैं तुरे जाना अगले साल लगने लग गए जो लग गए बस के बलजीत वांडे गई है चल पी लो कोई गल ਲਿਆ ਕੇ ਰੱਖੀ ਅਸੀਂ ਹੁਣ ਪੇਟੀ ਲਿਆਂਦੀ ਆ ਉਹ ਸਸਤੀ ਪੈਂਦੀ ਆ ਚਲ ਵਧੀਆ ਹੋ ਗਿਆ ਨਾ ਪੁੱਤ ਕੋਈ ਆਇਆ ਗਿਆ ਆਏ ਗਏ ਰਹਿੰਦੇ ਆ ਤੇ ਲਿਆਉਣੇ ਤੇ ਪੈਂਦੇ ਹੀ ਮੰਮੀ ਕਹਿੰਦੇ ਸੀਗੇ ਵੀ ਪੇਟੀ ਲੈਣੀ ਆ ਉਦੋਂ ਮੰਮੀ ਦਾ ਆਈਡੀਆ ਵਧੀਆ ਕਿੰਨੇ ਸਸਤੇ ਪੈ ਗਏ ਹਨਾ ਮੰਮੀ ਭਰਜਾਈ ਮੇਰੀ ਦੇ ਅੱਗੇ ਪਹਿਲੇ ਦਿਨੋਂ ਹੱਥ ਖੁੱਲਾ ਵਾ ਇਹਦਾ ਇਹਦੀ ਚੀਜ਼ਾਂ ਵਾਧੂ ਲਿਆ ਲਿਆ ਰੱਖਦੀ ਆ ਸਹੀ ਗੱਲ ਆ ਸਾਨੂੰ ਤੰਗੀ ਹੈ ਨਹੀਂ ਕੋਈ ਖਾਣ ਪੀਣ ਦੀ ਨਹੀਂ ਤਾਂ ਕਈ ਸੱਸਾਂ ਹੁੰਦੀਆਂ ਲੋਕ ਲਾ ਕੇ ਰੱਖਦੀਆਂ ਨਹੀਂ ਨਹੀਂ ਇਹ ਤੇ ਇਦਾਂ ਦੇ ਹੈ ਹੀ ਨਹੀਂ ਆ ਭਰਾ ਮੇਰੇ ਦਾ ਵੀ ਹੱਥ ਖੁੱਲਾ ਗੜੀ ਭਰਜਾਈਆਂ ਵੀ ਰੱਬ ਦੇ ਕਰਮਾਂ ਵਾਲੀਆਂ ਵਾ ਜਿਹੜੀਆਂ ਬੜੀਆਂ ਖੁੱਲੇ ਸੁਭਾਅ ਦੀਆਂ ਵਾ ਚੱਲ ਪੀ ਲਓ ਹੁਣ ਤੱਤਾ ਹੋ ਜਾਣਾ